ਨੇਗਾ ਮੈਂ ਤਾਂ ਹਲੇ ਵੀ ਐਸ ਕੀ ਕਹਣਾ ਇੰਡੀਆ ਜਾਊਂਗਾ ਜਿੰਨਾਂ ਨੇ ਮੈਨੂੰ ਮੌਕਾ ਮਿਲਿਆ ਜਿੰਨੇ ਵੀ ਲੋਕ ਕਈ ਵਾਰ ਟੈਟੂ ਬਣਾਈ ਫਿਰਦੇ ਆ ਬਾਹਾਂ ਤੇ ਫੋਟੋਆਂ ਬਣਾਈ ਆ ਅੱਛਾ ਸ਼ਹਿਨਾਜ਼ ਗਿੱਲ ਨੇ ਤੁਹਾਡਾ ਟੈਟੂ ਬਣਾਇਆ ਹੈ ਸੁਣਿਆ ਉਹ ਵੀ ਪਰ ਹੁਣ ਮੈਂ ਕੀ ਕਹਾਂ ਜੀ ਪਰ ਕਈ ਚਾਹਣ ਵਾਲੇ ਹੈਗੇ ਆ ਜਿਹੜੇ ਮੁੰਡੇ ਆ ਕਈ ਹੈ ਨਾ ਮੁੰਡੇ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਤੜਕਨ ਪੰਜਾਬੀ ਉੱਪਰ ਦੋਸਤੋ ਨਵੀਆਂ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੋਸਤੋ ਜਦੋਂ ਸ਼ਹਿਨਾਜ਼ ਗਿਲ ਨੇ ਕਰਨੌਜਲੇ ਦੇ ਨਾਮ ਦਾ ਟੈਟੂ ਆਪਣੀ ਬਾਡੀ ਤੇ ਬਣਵਾਇਆ ਤਾਂ ਔਜਲੇ ਨੂੰ ਪੁੱਛਣ ਤੇ ਉਹਨਾਂ ਨੇ ਸ਼ਰਮਾ ਕੇ ਰਿਐਕਸ਼ਨ ਤੇ ਵੱਡੀ ਗੱਲ ਕਹਿ ਦਿੱਤੀ ਜੀ ਹਾਂ ਦੋਸਤੋ 2 ਸਾਲ ਪਹਿਲਾਂ ਦੀ ਖਬਰ ਹੈ ਕਿ ਪੰਜਾਬੀ ਮਾਡਲ ਸ਼ਹਿਨਾਜ਼ ਗਿਲ ਨੇ ਗਾਇਕ ਕਰਨੌਜਲੇ ਦਾ ਟੈਟੂ ਆਪਣੀ ਬਾਡੀ ਤੇ ਬਣਵਾਇਆ ਸੀ ਅਤੇ ਜਦੋਂ ਇੱਕ ਇੰਟਰਵਿਊ ਦੌਰਾਨ ਕੈਨੇਡਾ ਵਿੱਚ ਕਰਨੌਜਲੇ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸ਼ਰਮਾ ਕੇ ਇਹੋ ਜਿਹਾ ਜਵਾਬ ਦਿੱਤਾ ਕਿ ਸਭ ਨੂੰ ਹਾਸਾ ਵੀ ਆ ਗਿਆ ਨਹੀਂ ਹੈਗਾ ਮੈਂ ਤਾਂ ਹਲੇ ਵੀ ਅਸ ਕੀ ਕਹਣਾ ਇੰਡੀਆ ਜਾਊਂਗਾ ਜਿੰਨਾਂ ਨੂੰ ਮੈਨੂੰ ਮੌਕਾ ਮਿਲਿਆ ਜਿੰਨੇ ਵੀ ਲੋਕ ਕਈ ਮੇਰੇ ਟੈਟੂ ਬਣਾਈ ਫਿਰਦੇ ਬਾਹਾਂ ਤੇ ਫੋਟੋਆਂ ਬਣਾਈਆਂ ਨੇ ਅੱਛਾ ਸ਼ਹਿਨਾਜ਼ ਗਿੱਲ ਨੇ ਤੁਹਾਡਾ ਟੈਟੂ ਬਣਾਇਆ ਹੋਇਆ ਸੁਣਿਆ ਉਹਦੇ ਬਾਰੇ ਹੁਣ ਮੈਂ ਕੀ ਕਹਾਂ ਜੀ ਪਰ ਕਈ ਚਾਹਣ ਵਾਲੇ ਹੈਗੇ ਆ ਜਿਹੜੇ ਮੁੰਡੇ ਆ ਕਈ ਹਨਾ ਮੁੰਡੇ ਉਹਨਾਂ ਨੇ ਬਣਾਈ ਹੋਈ ਆ ਫੋਟੋ ਵਗੈਰਾ ਮੈਂ ਇਹ ਦੇਖਦਾ ਹਾਂ ਨਾ ਵੀ ਯਾਰ ਮੈਨਾਂ ਚੁੱਕਾ ਹੈ ਨਹੀਂ ਤੁਸੀਂ ਕੀਤਾ ਵੀ ਆਪਣੇ ਬੇਬੇ ਬੱਪੂ ਦੀ ਫੋਟੋ ਬਣਾਉਂਦਾ ਕੁਝ ਵੀ ਪਰ ਉਹ ਕਹਿੰਦੇ ਬਈ ਉਹ ਵੀ ਬਣਾਉਣੀ ਆ ਪਰ ਤੇਰੀ ਵੀ ਬਣਾਰੀ ਕਿਉਂ ਕਿ ਤੂੰ ਸਾਡਾ ਰੋਲ ਮਾਡਲ ਹੈ ਤੁਸੀਂ ਜਦੋਂ ਮੈਨੂੰ ਇਹ ਗੱਲ ਕਹਿ ਦਿੰਦੇ ਆ ਤਾਂ ਮੈਨੂੰ ਬਹੁਤ ਖੁਸ਼ੀ ਵੀ ਹੁੰਦੀ ਹੈ ਇੱਕ ਧਾ ਤੇ ਪਰ ਇੱਕ ਥਾਂ ਤੇ ਐ ਵੀ ਹੁੰਦਾ ਵੀ ਯਾਰ ਤੁਹਾਡਾ ਰੋਲ ਮਾਡਲ ਤੁਹਾਡਾ ਬਾਪੂ ਹੋਣਾ ਚਾਹੀਦਾ ਪਰ ਉਹ ਕਹਿੰਦੇ ਬਾਈ ਜੋ ਤੂੰ ਕੀਤਾ ਅਸੀਂ ਉਹ ਕਰਾਂ ਸੋ ਮੈਨੂੰ ਉਹ ਚੀਜ਼ ਵਧੀਆ ਲੱਗਦੀ ਹੈ ਸੋ ਮੈਂ ਜਦੋਂ ਵੀ ਹੁਣ ਇੰਡੀਆ ਜਾਣਾ ਉਹ ਸਾਰੇ ਬੰਦੇ ਨੂੰ ਸੁਨੇਹਾ ਜੀ ਜਿਨ੍ਹਾਂ ਨੇ ਵੀ ਮੇਰੇ ਟੈਟੂ ਬਣਾਏ ਨੇ ਬਾਹਾਂ ਤੇ ਜਾਂ ਫੋਟੋ ਬਣਾਈਏ ਨੇ ਜਿਨ੍ਹਾਂ ਦੇ ਨਹੀਂ ਵੀ ਬਣਾਏ ਜਿੰਨੇ ਜਾਣੇ ਨਾ ਹੋ ਸਕਿਆ ਮੈਂ ਬੈਠ ਕੇ ਡਿਨਰ ਕਰੂੰਗਾ ਤੇ ਥੈਟਸ ਵੰਡਰਫੁਲ ਔਰ ਤੁਸੀਂ ਰੋਲ ਮਾਡਲ ਕਿ ਕਿੰਨੂ ਮੰਨਦੇ ਹੁੰਦੇ ਸੀ ਗਾਇਕੀ ਦੇ ਖੇਤਰ ਦੇ ਵਿੱਚ ਜਦੋਂ ਵੱਡੇ ਹੋ ਮਠੂ ਵੀ ਆਨੈਸਟੀ ਜੀ ਮੈਂ ਐਵੇਂ ਝੂਠ ਨਹੀਂ ਬੋਲੂਗਾ ਮੈਂ ਉਹਨੂੰ ਸੁਣਦਾ ਰਿਹਾ ਉਹਨੂੰ ਸੁਣਦਾ ਰਿਹਾ ਮੈਨੂੰ ਪਤਾ ਹੀ ਨਹੀਂ ਸੀ ਲੱਗਿਆ ਜਦੋਂ ਮੈਂ ਲਿਖਣ ਲੱਗਿਆ ਜਦੋਂ ਮੈਂ ਗਾਉਣ ਲੱਗਿਆ ਮੈਂ ਗਾਉਂਦਾ ਗਾਉਂਦਾ ਮੈਂ ਮਣਮੂਨ ਵਾਰਿਸ ਨੂੰ ਬਹੁਤ ਸੁਣਦਾ ਰਿਹਾ ਉਹਨਾਂ ਜਿੰਨਾ ਵਧੀਆ ਗਾਉਣਾ ਤਾਂ ਮੈਨੂੰ ਨਹੀਂ ਆਇਆ ਪਰ ਉਹਨਾਂ ਚ ਵੀ ਜੇ ਤੁਸੀਂ ਕਦੇ ਦੇਖੋਗੇ ਤਾਂ ਇਹ ਝਲਕ ਆਉਂਦੀ ਹੈ ਵੀ ਆਲਵੇਜ਼ ਕਾਮ ਹੁੰਦੇ ਨੇ ਜਿਸ ਹਾਵ ਨਾਲ ਕਰਨ ਔਜਲੇ ਦੀ ਟੈਟੂ ਫੈਨਸ ਵੱਲੋਂ ਬਣਮਾਏ ਜਾ ਰਹੇ ਹਨ ਤਾਂ ਤੁਹਾਨੂੰ ਕੀ ਲੱਗਦਾ ਕਿ ਇਸ ਨਾਲ ਔਜਲੇ ਦੀ ਪਪੂਲਾਰਿਟੀ ਸਾਫ਼ ਦਿਖਾਈ ਦਿੰਦੀ ਹੈ ਕਿ ਕਿੰਨੀ ਵੱਡੇ ਪੱਧਰ ਤੇ ਪਹੁੰਚ ਚੁੱਕੀ ਹੈ ਸਾਨੂੰ ਵੀ ਆਪਣੀ ਰਾਏ ਇਸ ਬਾਰੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਧੰਨਵਾਦ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹਿਣਾ ਧੜਕਣ ਪੰਜਾਬੀ